Kindava! 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 ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਲੋਹਾਰਾ ਚੌਂਕ ਦੇ ਵਿੱਚ ਔਰ ਲੋਹਾਰਾ ਚੌਂਕ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੈ ਜਿਹੜੇ ਦਿੱਲੀ ਨੂੰ ਚਾਲੇ ਪਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਇੱਕ ਵਾਰ ਫਿਰ ਉਹੀ ਨਜ਼ਰ ਆ ਰਹੀਆਂ ਜੋ 2021 ਦੇ ਵਿੱਚ ਨਜ਼ਰ ਆ ਰਹੀਆਂ ਸੀਗੀਆਂ। ਟਰਾਲੀਆਂ ਟਰੈਕਟਰ ਟਰਾਲੀਆਂ 'ਤੇ ਕਿਸਾਨ ਹੈ ਜਿਹੜੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਨੂੰ ਪਹੁੰਚ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਬ੍ਰਹਮਕੇ ਦੇ ਜਿਹੜੇ ਕਿਸਾਨ ਹੈ ਵੱਡੀ ਗਿਣਤੀ ਦੇ ਵਿੱਚ ਅੱਜ 12 ਤਰੀਕ ਨੂੰ ਮੋਗਾ ਦੇ ਲੋਹਾਰਾ ਚੌਂਕ ਦੇ ਵਿੱਚੋਂ ਇਕੱਠੇ ਹੋ ਕੇ ਦਿੱਲੀ ਨੂੰ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਿੱਛੇ ਟਰੈਕਟਰ ਟਰਾਲੀ ਹੈ ਜਿਹੜੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਔਰ ਦਿੱਲੀ ਨੂੰ ਕੂਚ ਕਰ ਰਹੇ ਨੇ। ਹਾਲਾਂਕਿ ਕੱਲ੍ਹ ਦਿੱਲੀ ਨੂੰ ਕੂਚ ਕਰਨਾ, ਲੇਕਿਨ ਇਹ ਕਾਫਲਾ ਅੱਜ ਹੀ ਪਿੰਡਾਂ 'ਚੋਂ ਤੁਰ ਪਿਆ ਔਰ ਹੌਲੀ ਹੌਲੀ ਅੱਗੇ ਵਧੇਗਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ ਕਿਸਾਨਾਂ ਵੱਲੋਂ। ਹਰ ਚੀਜ਼ ਆਪਣੀ ਜ਼ਰੂਰਤ ਦਾ ਸਮਾਨ ਨਾਲ ਲੈ ਕੇ ਚੱਲੇ ਨੇ। ਇੱਕ ਵਾਰ ਫਿਰ ਕਹਿਣਾ ਕਿ ਲੰਬੇ ਸਮੇਂ ਲਈ ਜਿਹੜਾ ਸੰਘਰਸ਼ ਹੋਏਗਾ, ਅਗਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਨਹੀਂ ਮੰਨਦੀ ਤਾਂ ਇਹੀ ਸੰਘਰਸ਼ ਦੁਬਾਰਾ ਚੱਲੇਗਾ, ਕਿਉਂਕਿ ਉੱਧਰੋਂ ਹਰਿਆਣਾ ਸਰਕਾਰ ਨੇ ਵੀ ਜਿਹੜੇ ਆਪਣੇ ਪੂਰੇ ਬੰਦੋਬਸਤ ਕੀਤੇ ਹੋਏ ਨੇ, ਬੈਰੀਗੇਡਿੰਗ ਕੀਤੀ ਹੋਈ ਹੈ, 7-7 ਲੇਅਰ ਦੀ ਜਿਹੜੀ ਹੈ ਕੰਕਰੀਟ ਦੇ ਸਲੈਬਾਂ ਲਾ ਕੇ ਜਿਹੜਾ ਰੋਡ ਜਾਮ ਕੀਤੇ ਹੋਏ ਨੇ। ਸਾਡੇ ਨਾਲ ਕਿਸਾਨ ਆਗੂ ਨੇ ਬਲਵੰਤ ਸਿੰਘ ਬ੍ਰਹਮਕੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਬਲਵੰਤ ਜੀ, ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੋਂ ਚੱਲ ਰਹੇ ਨੇ ਔਰ ਅੱਜ ਕਿੰਨੇ ਵਜੇ ਤੁਰ ਰਹੇ ਔਰ ਗਾਂ ਕਿੱਥੇ ਪੜਾ ਹੋਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੀਆਂ ਸਿੰਗਲਾ ਸਾਹਿਬ ਪੂਰੇ ਪੰਜਾਬ ਦੇ ਵਿੱਚੋਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਛੋਟੇ ਵਰਗ ਲੋਕਾਂ ਦੀਆਂ ਖਬਰਾਂ ਜਿਹੜੀਆਂ ਉੱਪਰ ਤੱਕ ਪਹੁੰਚਾਉਂਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਜਿਸ ਤਰ੍ਹਾਂ 2020 ਦੇ ਵਿੱਚ 25 ਨਵੰਬਰ ਨੂੰ ਇੱਕ ਬੜਾ ਵੱਡਾ ਕਾਫਲਾ ਲੈ ਕੇ ਤੁਰੇ ਸੀ, ਅੱਜ ਉਸੇ ਧਰਤੀ ਕੋੜੀ ਸੇਖਾਂ ਤੋਂ ਦੁਬਾਰਾ ਫਿਰ ਬਹੁਤ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਔਰ ਬਹੁਤ ਵੱਡੀ ਗਿਣਤੀ ਵਿੱਚ ਜਥਾ ਲੈ ਕੇ ਅਸੀਂ ਫਿਰ ਦੁਬਾਰਾ ਦਿੱਲੀ ਵੱਲ ਨੂੰ ਕੂਚ ਕੀਤਾ। ਇਹ ਕਿਸਾਨ ਮਜ਼ਦੂਰ ਮੋਰਚਾ ਔਰ ਪਲੱਸ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਦੋਨੋਂ ਫੋਰਮਾਂ ਨੇ ਇਹ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਇੱਥੇ ਦੁਨੀਆਂ ਨੂੰ ਪੱਟੀਆਂ ਲੈ ਕੇ ਅਸੀਂ ਇਹ ਮੋਰਚਾ ਜਿਹੜਾ ਲਾਉਣ ਜਾ ਰਹੇ ਹਾਂ। ਇਹਨੂੰ ਅੰਦੋਲਨ ਦਿੱਲੀ 2 ਨਾਂ ਰੱਖਿਆ ਗਿਆ ਕਿਉਂਕਿ ਪਹਿਲਾਂ ਵੀ ਅੰਦੋਲਨ ਅਸੀਂ ਜਿੱਤ ਕੇ ਮੁੜੇ ਸੀ, ਹੁਣ ਵੀ ਜਿੱਤ ਕੇ ਮੁੜਨਾ ਕਿਉਂਕਿ ਕੇਂਦਰ ਸਰਕਾਰ ਦੀਆਂ ਕੁਝ ਹੀ ਹਰਕਤਾਂ ਸਿੰਗਲਾ ਸਾਹਿਬ ਤੁਸੀਂ ਦੇਖ ਰਹੇ ਹੋ, ਆਮ ਹੀ TV ਚੈਨਲਾਂ 'ਤੇ ਚੱਲ ਰਿਹਾ ਹੈਗਾ ਕਿ ਵੱਡੇ ਵੱਡੇ ਕਿੱਲ ਸ਼ਰੀਏ ਲਾ ਦੇਣੇ, ਦੋਵੇਂ ਪਾਸੇ ਪੱਥਰ ਰੱਖ ਕੇ ਉਹਦੇ ਵਿੱਚ ਬੜੀ ਵੱਡੀ ਪੱਧਰ 'ਤੇ ਬਜਰੀ ਸੀਮਿੰਟ ਪਾਉਣਾ ਕਿ ਦੇਖੋ ਕਿ ਅਸੀਂ ਕਿਤੇ ਇਹ ਚਾਈਨਾ ਦੇ ਬਾਰਡਰ ਤੋਂ ਆ ਰਹੇ ਹਾਂ, ਕਿਸੇ ਪਾਕਿਸਤਾਨ ਦੇ ਬਾਰਡਰ ਤੋਂ ਆ ਰਹੇ ਹਾਂ। ਸਾਡੇ ਅਸੀਂ ਉਹੋ ਹੀ ਦੇਸ਼ ਦੇ ਨਾਗਰਿਕ ਹਾਂ ਜਿਹੜੇ ਨਾਜ ਪੈਦਾ ਕਰਕੇ ਇਹਨਾਂ ਲੋਕਾਂ ਦੇ ਵਿੱਚ ਮੂੰਹ ਵਿੱਚ ਪਾਉਣੇ ਆ। ਸਾਡੇ ਪੁਰਖਿਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ, ਅੱਜ ਸਾਨੂੰ ਹੀ ਉਸ ਰਾਜਧਾਨੀ ਦੇ ਵਿੱਚੋਂ ਮੰਗਾਂ ਮੰਨਣ ਵਾਸਤੇ ਰੋਕਿਆ ਜਾ ਰਿਹਾ। ਇਹ ਸਭ ਤੋਂ ਮੰਦਭਾਗਾ, ਇਸ ਤੋਂ ਮੰਦਭਾਗਾ ਹੋਰ ਨਹੀਂ ਹੋ ਸਕਦਾ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਦਾਂ ਦੀਆਂ ਕੁਝ ਹੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਅੱਜ ਮੀਟਿੰਗ ਵੀ ਚੱਲ ਰਹੀ ਹੈ ਤੁਹਾਡੀ? ਬਿਲਕੁਲ, 3 ਵਜੇ ਪੂਰੇ ਗੁਰਦੁਆਰਾ ਅੰਬ ਸਾਹਿਬ ਸਾਡੇ ਕਿਸਾਨ ਆਗੂ ਸਭਾ ਦੀ ਮੀਟਿੰਗ ਚੱਲਦੀ ਪਈ ਆ, ਉਹਨਾਂ ਦੇ ਡੈਪੂਟੇਸ਼ਨ ਆ। ਉਸੇ ਤਰੀਕੇ ਦੇ ਨਾਲ 5 ਵਜੇ ਅੱਜ ਕੇਂਦਰੀ ਮੰਤਰੀ ਦੇ ਨਾਲ ਜਿਹੜੇ 26 ਸੈਕਟਰ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਵੇਗੀ। ਜੋ ਕੁਛ ਅੱਗੇ ਆਵੇਗਾ ਉਹ ਤੁਹਾਨੂੰ ਦੱਸਿਆ ਜਾਵੇਗਾ ਜੀ। ਲੱਗ ਰਿਹਾ ਕੋਈ ਹੱਲ ਨਿਕਲੇਗਾ? ਬਿਲਕੁਲ, ਹੱਲ ਤਾਂ ਨਿਕਲਦਾ, ਉਦੋਂ ਵੀ ਇਹਨਾਂ ਸਹਿਮਤੀ ਬਣਾਈ ਸੀ ਕੁਛ ਮੰਗਾਂ ਦੇ ਉੱਪਰ। ਟੋਟਲ 10 ਮੰਗਾਂ ਨੇ ਜੀ। ਸਭ ਤੋਂ ਮੇਨ ਮੰਗ ਹੈਗੀ MSP ਪੂਰੇ ਪੰਜਾਬ ਦੇ, ਪੂਰੇ ਦੇਸ਼ ਦੇ ਕਿਸਾਨਾਂ ਦੀ ਕਰਜ਼ਾ ਮੁਕਤੀ ਮਜ਼ਦੂਰਾਂ ਦੇ ਵਿੱਚ। ਉਸ ਤੋਂ ਇਲਾਵਾ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਸਾਡੀਆਂ ਖੇਤੀ ਧੰਦੇ ਜਿਹੜੇ ਲਾਹੇਵੰਦ ਪਾ ਦਿੱਤੇ ਜਾਣ। ਹੋਰ ਵੀ ਬਹੁਤ ਸਾਰੀਆਂ 10 ਮੰਗਾਂ ਦੇ ਵਿੱਚੋਂ ਇਹ ਮੰਗਾਂ ਮੇਨ ਨੇ। ਇਹਨਾਂ ਮੰਗਾਂ ਨੂੰ ਮੰਨੇ ਬਿਨਾਂ ਅਸੀਂ ਵਾਪਸ ਨਹੀਂ ਮੁੜਨਾ ਹੈਗਾ, ਭਾਵੇਂ ਸਾਨੂੰ ਉਸ ਦਰਿਆ ਵਿੱਚੋਂ ਲੰਘਣਾ ਪਵੇ, ਭਾਵੇਂ ਸਾਨੂੰ ਬੈਰੀਕੇਡਿੰਗ ਤੋੜ ਕੇ ਲੰਘਣਾ ਪਏ। ਅੱਗੇ ਵੀ ਮੋਦੀ ਨੇ ਬੜੇ ਕਿੱਲ ਵਿਛਾਏ ਸੀ, ਉਦੋਂ ਵੀ ਲੰਘ ਕੇ ਗਏ ਸਾਂ, ਅਸੀਂ ਹੁਣ ਵੀ ਲੰਘ ਕੇ ਜਾਵਾਂਗੇ। ਸਾਡੇ ਕੋਲ ਹੈਡਰਿਆਂ ਦਾ ਪ੍ਰਬੰਧ ਹੈ, JCB ਦਾ ਪ੍ਰਬੰਧ ਹੈ ਔਰ ਅਸੀਂ ਸਾਰਾ ਕੁਛ ਇਹਨਾਂ ਟਰਾਲੀਆਂ ਦੇ ਵਿੱਚ ਪ੍ਰਬੰਧ ਕਰਕੇ ਰੱਖਿਆ ਹੋਇਆ। ਅਸੀਂ ਉਸ ਮੋਰਚਿਆਂ ਦੇ ਵਿੱਚੋਂ ਜਿਹੜੇ ਇਹਨਾਂ ਕਿਲੇ ਬਣਾਏ ਨੇ ਉਹ ਕਿਲੇ ਤੋੜ ਕੇ ਲੰਘਾਂਗੇ। ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਆ, ਥੋੜ੍ਹਾ ਜਿਹਾ ਦਿਖਾ ਸਕਦੇ ਹੋ ਕਿ ਕੀ ਲੈ ਕੇ ਚੱਲੇ? ਅਸੀਂ ਸਾਰਾ ਕੁਛ ਕਵਰ ਕੀਤਾ ਹੋਇਆ ਕਿਉਂਕਿ ਤਾਸ਼ ਦੇ ਪੱਤੇ ਵਿਖਾ ਕੇ ਨਹੀਂ ਖੇਡੇ ਜਾਂਦੇ। ਅਤੇ ਜਿਹੜਾ ਕੁਛ ਕਹਿੰਦਾ ਵੀ ਅਸੀਂ ਅੱਗੇ ਬੰਨ ਲਾ ਜਾਵਾਂਗੇ, ਅਤੇ ਇੱਕ ਪੰਜਾਬੀ ਦੀ ਜ਼ੁਬਾਨ ਆ
ਕਿਸੇ ਕਵੀ ਨੇ ਕਿਹਾ ਨਹੀਂ ਪੈਂਦੇ ਦਰਿਆਵਾਂ ਨੂੰ ਬੰਨ ਹੀਰੇ ਤਾਂ ਨਹੀਂ ਲੋਕਾਂ ਦੀ ਬੰਦ ਜ਼ਬਾਨ ਹੁੰਦੀ। ਇੱਥੇ ਵੱਡੇ ਵੱਡੇ ਜਿਹੜੇ ਲੋਕਾਂ ਦਾ ਹੜ ਆ ਉਹਦੇ ਉੱਤੇ ਸਾਰਾ ਕੁਛ ਰੁੜ ਜਾਂਦਾ। 2020 ਵਿੱਚ ਵੀ ਰੁੜਿਆ ਸੀ, ਹੁਣ ਵੀ ਰੁੜੇ। ਅਤੇ ਲੱਗ ਰਿਹਾ ਕਿ ਜਿਸ ਤਰ੍ਹਾਂ ਇੰਤਜ਼ਾਮ ਕੀਤਾ ਹਰਿਆਣਾ ਸਰਕਾਰ ਨੇ ਉਸ ਨੂੰ ਤੋੜ ਕੇ ਤੁਸੀਂ ਅੱਗੇ ਜਾ ਪਾਓਗੇ? ਦੇਖੋ, ਹਰਿਆਣਾ ਦੇ ਜਿਹੜੇ ਕਿਸਾਨ ਆਗੂ ਸਾਹਿਬਾਨ ਨੇ, ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਪਹਿਲਾਂ ਕਿਹਾ ਵੀ ਪੰਜਾਬ ਸਾਡਾ ਵੱਡਾ ਭਰਾ ਹੈ, ਪੰਜਾਬ ਤੁਰੇ ਅਸੀਂ ਅੱਗੋਂ ਜੀਆਂ ਕਰਨ ਵਾਸਤੇ ਤਿਆਰ ਹਾਂ। ਚਾਹੇ ਅੱਗੇ ਕੁਛ ਵੀ ਕੀਤਾ ਹੋਵੇ, ਬੰਨ ਮਾਰੇ ਹੋਣ, ਚਾਹੇ ਚੀਨ ਦੀਆਂ ਕੰਧਾਂ ਕਿਉਂ ਨਾ ਕੀਤੀਆਂ ਹੋਣ, ਸਭ ਤੋੜ ਕੇ ਲੰਘਾਂ। ਅਤੇ ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਹੜੀ ਸ਼ਾਮ ਨੂੰ ਮੀਟਿੰਗ ਹੋਣੀ ਹੈ ਕੇਂਦਰੀ ਮੰਤਰੀ ਨੇ ਉਹਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਸੀਗਾ, ਤੁਸੀਂ ਪਹਿਲਾਂ ਹੀ ਚੱਲੇ ਪਏ? ਦੇਖੋ, ਅਸੀਂ ਬੜੇ ਦਿਨਾਂ ਤੋਂ ਸਹੀ ਤਕਰੀਬਨ 2 ਫਰਵਰੀ ਤੋਂ ਐਲਾਨ ਕੀਤਾ ਹੋਇਆ, 2 ਜਨਵਰੀ ਤੋਂ ਐਲਾਨ ਕੀਤਾ, ਸੋਰੀ, ਉਸ ਦਿਨ ਤੋਂ ਐਲਾਨ ਕੀਤਾ। ਸਰਕਾਰ ਨੇ ਸਾਡੇ ਨਾਲ ਪਹਿਲਾਂ ਕਿਉਂ ਨਹੀਂ ਮੀਟਿੰਗਾਂ ਕੀਤੀਆਂ? ਸਰਕਾਰ ਤਾਂ ਹੁਣ ਮੀਟਿੰਗਾਂ ਕਰਕੇ ਦੇਣਾ ਨਹੀਂ ਦੇਣਾ ਇੱਕ ਅਲੱਗ ਗੱਲ ਆ, ਲੋਕਾਂ ਨੂੰ ਭੰਬਲ ਭੁੱਸੇ ਪਾ ਰਹੀ ਵੀ ਅਸੀਂ ਤਾਂ ਮੀਟਿੰਗਾਂ ਕਰਨ ਨੂੰ ਤਿਆਰ ਹੈਗੇ ਹਾਂ, ਇਹ ਦਿੱਲੀ ਵੱਲ ਨੂੰ ਜਾ ਰਹੇ ਨੇ। ਇਹਨਾਂ ਨੇ ਅੱਜ ਤੋਂ 10 ਦਿਨ ਪਹਿਲਾਂ ਹੀ ਸਾਨੂੰ ਰੋਕਣ ਦਾ ਉੱਥੇ ਪ੍ਰਬੰਧ ਕੀਤਾ ਹੋਇਆ, ਬਿਲਕੁਲ ਇਸ ਤਰ੍ਹਾਂ ਦਾ ਕਰਨਾ, ਕੁਝ ਜਿਹੀਆਂ ਹਰਕਤਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਕਈ ਕਿਸਾਨ ਜਥੇਬੰਦੀਆਂ ਕਹਿੰਦੀਆਂ ਅਸੀਂ ਨਹੀਂ ਜਾ ਰਹੇ, ਅਸੀਂ ਨਾਲ ਨਹੀਂ ਹੈ। ਦੇਖੋ, ਉਹ ਉਹਨਾਂ ਦੀ ਗੱਲ ਆ ਜੀ। ਅੱਜ ਭਾਰਤ ਸਾਨੂੰ ਦੁਆਬਾ ਦੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਨੇ ਅਤੇ ਭੰਦੇਰ ਸਾਹਿਬ ਦੇ ਨਾਲ ਖੜ੍ਹ ਕੇ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਆਗੂ ਸਾਹਿਬਾਨ ਨੇ ਉਹਨਾਂ ਨਾਲ ਖੜ੍ਹ ਕੇ ਉਹਨਾਂ ਨੇ ਕਹਿਤਾ ਵੀ ਸਾਡੀ ਜਥੇਬੰਦੀ ਵੀ ਤੁਹਾਡੇ ਨਾਲ ਜਾਏਗੀ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੁੱਚੇ ਪੰਜਾਬ ਦੀਆਂ, ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ, ਜਲਦੀ ਤੋਂ ਜਲਦੀ ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਇਸੇ ਤਰ੍ਹਾਂ ਦਿੱਲੀ ਨੂੰ ਕੂਚ ਕਰਨ। ਆਪਾਂ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਜਿਹੜੀਆਂ ਵਾਧਾ ਖਿਲਾਫੀ ਹੋਈ ਹੈ ਉਹਨੂੰ ਮਨਵਾ ਕੇ ਪਿੱਛੇ ਆਈਏ। ਕਿੱਧਰ ਤੁਹਾਡਾ ਪੜਾਵ ਅਗਲਾ ਕਿੱਥੇ ਹੋਏਗਾ? ਕਿ ਸਿੱਧਾ ਇੱਧਰ ਹੀ? ਇਸ ਤੋਂ ਅੱਗੇ ਸਿੱਧਾ ਅਸੀਂ ਮਾਲਾ ਜਾਵਾਂਗੇ, ਵੈਸੇ ਰਾਜਪੁਰੇ ਸਾਡਾ ਇੱਕ ਪੜਾਅ ਹੋਵੇਗਾ, ਉਸ ਤੋਂ ਅੱਗੇ ਜਿਵੇਂ ਜਿਵੇਂ ਸਾਡੇ ਆਗੂ ਸਾਹਿਬਾਨ ਕਹਿਣਗੇ ਉਸ ਤਰੀਕੇ ਨਾਲ ਅੱਗੇ ਜਾਂਦੇ ਰਹਾਂਗੇ। ਰਾਸਤੇ ਜੀ ਪਿੰਡਾਂ ਦਾ ਵਿੱਚੋਂ ਕਾਫਲਾ ਹੋਰ ਵੱਧਦਾ ਜਾਏਗਾ? ਬਿਲਕੁਲ ਜੀ, ਇਸੇ ਤਰ੍ਹਾਂ ਵਧਣਾ ਜੀ। ਜਿਵੇਂ ਜਤਵਾਲ ਬਹੁਤ ਵੱਡਾ ਕਾਫਲਾ ਖੜਾ ਹੋਇਆ, ਆਹ ਬੁੱਗੀਪੁਰੇ ਚੌਂਕ 'ਤੇ ਕਾਫਲਾ ਖੜਾ ਹੋਇਆ, ਇਸ ਤੋਂ ਅੱਗੇ ਜਗਰਾਵਾਂ ਕਾਫਲਾ ਖੜਾ ਹੋਇਆ, ਨਾਲੋਂ ਦੇ ਨਾਲ ਕਾਫਲੇ ਲੱਗਦੇ ਜਾਂਦੇ। 3 ਦਿਨ ਲਗਾਤਾਰ ਹੋ ਗਏ ਨੇ ਪੰਜਾਬ ਦੇ ਵਿੱਚੋਂ ਟਰਾਲੀਆਂ ਟਰੈਕਟਰ ਦੇ ਕਿਸਾਨਾਂ ਨੂੰ ਜਾਂਦੇ ਆ। ਬਿਲਕੁਲ, 3 ਦਿਨ ਦੇ ਕਰੀਬ ਹੋ ਗਏ ਨੇ ਪੰਜਾਬ ਦੇ ਵਿੱਚੋਂ ਕਿਸਾਨ ਜਿਹੜੇ ਨੇ ਟਰੈਕਟਰ ਟਰਾਲੀਆਂ ਦੇ, ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਦੀਆਂ ਜਿਹੜੀਆਂ ਲਾਈਨਾਂ, ਟਰੈਕਟਰ ਟਰਾਲੀਆਂ ਦੀਆਂ ਲਾਈਨਾਂ, ਤਰਪਾਲਾਂ ਪਾਈਆਂ ਹੋਈਆਂ ਨੇ, ਅੰਦਰ ਗੱਦੇ ਵਿਛਾਏ ਹੋਏ ਨੇ, ਖਾਣ ਪੀਣ ਦਾ ਵੀ ਸਾਰਾ ਸਮਾਨ ਹੈ ਜਿਹੜਾ ਕਿਸਾਨ ਵੀਰ ਨਾਲ ਲੈ ਕੇ ਚੱਲੇ ਨੇ। ਇੱਕ ਵਾਰ ਫਿਰ ਉਸੇ ਪਹਿਲੇ ਅੰਦੋਲਨ ਦੀ ਜਿਹੜੀ ਹੈ ਯਾਦ ਕਰਾ ਰਹੇ ਨੇ, ਕਿਉਂਕਿ ਹੁਣ ਅੰਦੋਲਨ ਦਾ ਨਾਮ ਅੰਦੋਲਨ 2 ਰੱਖਿਆ। ਤੁਸੀਂ ਦੇਖ ਸਕਦੇ ਹੋ ਕਿ ਇੱਧਰਲੀ ਸਾਈਡ 'ਤੇ ਮੈਂ ਕਹਾਂਗਾ ਕੈਮਰਾਮੈਨ ਨੂੰ, ਕਿਸਾਨ ਵੀਰ ਦਿਖਾਣ ਜਿਹੜੇ ਕਿ ਪੂਰੀ ਤਿਆਰੀ ਕਰਕੇ ਦਿੱਲੀ ਨੂੰ ਚਾਲੇ ਪਾ ਰਹੇ ਨੇ। ਸਾਫ਼ ਤੌਰ 'ਤੇ ਕਹਿਣਾ ਕਿ ਇਸ ਵਾਰ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਇੰਤਜ਼ਾਮ ਕੀਤੇ ਹੋਏ ਨੇ, ਵੱਡੀਆਂ 7-7 ਲੇਅਰਾਂ ਦੀਆਂ ਬੈਰੀਗੇਡ ਲਗਾਏ ਹੋਏ ਨੇ, ਕੰਕਰੀਟ ਦੀਆਂ ਸਲੈਬਾਂ ਵਿਛਾਈਆਂ ਗਈਆਂ ਨੇ, ਇਹਨਾਂ ਵੱਲੋਂ ਵੀ ਪੂਰੀ ਤਿਆਰੀ ਹੈ। ਔਰ ਕਹਿਣਾ ਕਿ ਅਸੀਂ ਤਾਸ਼ ਦੇ ਪੱਤੇ ਹਜੇ ਨਹੀਂ ਦਿਖਾਵਾਂਗੇ, ਕਿਉਂਕਿ ਸਮਾਨ ਸਾਡੇ ਕੋਲ ਪੂਰਾ, ਚਾਹੇ ਹੈਡਰੇ ਹੋਣ ਚਾਹੇ JCB ਹੋਣ, ਹਰ ਤਰ੍ਹਾਂ ਦਾ ਸਮਾਨ ਜਿਹੜਾ ਉੱਥੇ ਪਹੁੰਚੇਗਾ ਔਰ ਹਰ ਹਾਲਤ ਦੇ ਵਿੱਚ ਦਿੱਲੀ ਨੂੰ ਪਹੁੰਚਣਗੇ, ਚਾਹੇ ਕਿਸ ਤਰ੍ਹਾਂ ਦੀ ਵੀ ਔਕੜ ਆਵੇ, ਚਾਹੇ ਦਰਿਆ 'ਚੋਂ ਨਿਕਲਣਾ ਪਵੇ, ਚਾਹੇ ਨਹਿਰ 'ਚੋਂ ਨਿਕਲਣਾ ਪਵੇ, ਚਾਹੇ ਬੈਰੀਗੇਡ ਤੋੜ ਕੇ ਨਿਕਲਣਾ ਪਵੇ। ਇਹਨਾਂ ਦਾ ਕਹਿਣਾ ਕਿ ਅਸੀਂ ਮੰਗਾਂ ਮਨਵਾ ਕੇ ਹੀ ਵਾਪਸ ਆਵਾਂਗੇ। ਦੀਪਕ ਸਿੰਗਲਾ, ਨਿਊਜ਼ 18 ਮੋਗਾ।